ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅਸਲਾਮ ਅਲੈਕਮ ਕੀ ਹਾਲ ਹੈ ਮੇਰੇ ਪੈਨ ਭਰਾਵਾਂ ਦਾ ਮੈਂ ਉਮੀਦ ਕਰਨੀ ਹੈ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਖੈਰੀਅਤ ਨਾਲ ਹੋਵੋਗੇ ਆਪਣੇ ਘਰਾਂ ਚ ਸਲਾਮਤ ਹੋਵੋਗੇ ਡੇਲੀ ਰੁਟੀਨ ਐਂਡ ਕੁਕਿੰਗ ਵਿਦ ਆਸੀਆ ਚ ਤੁਹਾਨੂੰ ਖੁਸ਼ਾਮਦੀਦ ਕਹਿਨੀ ਹੈ ਨਾਜ਼ਰੀਨ ਅੱਜ ਮਜ਼ੇਦਾਰ ਹਵਾਤ ਮਜ਼ੇਦਾਰ ਮੌਸਮ ਦੇ ਵਿੱਚ ਅਸੀਂ ਬਣਾਵਾਂਗੇ ਗੁਜਾ ਵਾਲਾ ਦੇ ਮਸ਼ਹੂਰ ਦਾਲ ਚਾਵਲ ਗੁਜਾ ਵਾਲਾ ਦੇ ਦਾਲ ਮਸ਼ਹੂਰ ਦਾਲ ਚਾਵਲ ਦੀ ਹੈ ਮਸ਼ਹੂਰ ਰੈਸਪੀ ਜਿਹੜੀ ਹੈ ਇਹ ਤੁਹਾਨੂੰ ਮਿਲੇਗੀ ਮੇਰੇ ਚੈਨਲ ਤੇ ਤੁਸੀਂ ਬਣਾਣਾ ਫਿਰ ਮੈਨੂੰ ਦੱਸਣਾ ਕਿ ਤੁਹਾਨੂੰ ਕਿਹਦੀ ਲੱਗੀ ਜਦੋਂ ਤੁਹਾਡਾ ਗੁਜਾ ਵਾਲਾ ਜਾਣਾ ਹੋਈਏ ਜਿਹੜੇ ਲੋਕ ਜਾਣਦੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਗੁਜਰਾ ਵਾਲਾ ਜਗਾ ਜਗਾ ਤੇ ਦਾਲ ਚਾਵਲ ਦੇ ਸਟਾਲ ਜਿਹੜੇ ਨੇ ਉਹ ਮਿਲਦੇ ਨੇ ਤੇ ਉਹਦਾ ਇੱਕ ਖਾਸ ਟੇਸਟ ਹੁੰਦਾ ਹੈ ਅਸੀਂ ਚੱਲਨੇ ਰੈਸਪੀ ਦੇ ਦੀ ਤਰਫ ਬਾਕੀ ਗੱਲਾਂ ਨਾਲ ਨਾਲ ਹੁੰਦੀਆਂ ਰਹਿਣਗੀਆਂ 1 ਕਪਾਸੀ ਲਵਾਂਗੇ ਮਸੂਰ ਦੀ ਦਾਲ ਤੇ 2 ਕਪਾਸੀ ਚਨੇ ਦੀ ਦਾਲ ਲਵਾਂਗੇ ਚਨੇ ਦੀ ਦਾਲ ਦਾ ਅਸੀਂ ਦੋਨਾ ਹਿੱਸਾ ਲੈਣਾ ਤੇ ਜਿਹੜੀ ਮਸਰਾਂ ਦੀ ਦਾਲ ਹੈ ਲਾਲ ਮਸਰਾਂ ਦੀ ਦਾਲ ਉਹ ਅਸੀਂ ਇੱਕ ਹਿੱਸਾ ਲੈਣੀ ਹੈ ਇਹਨੂੰ ਅਸੀਂ ਭਿਓ ਕੇ ਚੰਗੀ ਤਰ੍ਹਾਂ ਸਾਫ਼ ਪਹਿਲੇ ਕਰ ਲਿਆ ਹੁਣ ਅਸੀਂ ਇਹਨੂੰ ਭਿਓ ਕੇ ਪਾਣੀ ਦੇ ਵਿੱਚ ਇਹਦਾ ਪਾਣੀ ਥੋੜੀ ਦੇਰ ਰੱਖਾਂਗੇ ਇਹਨੂੰ ਦਾਲ ਨੂੰ ਪਾਣੀ ਦੇ ਵਿੱਚ ਕੋਸ਼ਿਸ਼ ਤੁਸੀਂ ਕਰੋ ਕਿ ਨੀਮ ਗਰਮ ਪਾਣੀ ਵਿੱਚ 5 ਮਿੰਟ ਭਿਉਂਦੇ ਹੋਏ ਨੂੰ ਮੈਨੂੰ ਥੋੜੀ ਸਾਰੀ ਮਸਲਾਈ ਦਾਲ ਘੱਟ ਲੱਗੀ ਐ ਮੈਂ ਥੋੜੀ ਕੋ ਹੋਰ ਪਾ ਲਈ ਐ ਤੁਸੀਂ ਆਪਣੀ ਕੁਆਂਟੀਟੀ ਜਿਾ ਆਪਣੇ ਜੀਆਂ ਦੇ ਮੁਤਾਬਕ ਜਿੰਨਾ ਤੋਂ ਰਿਕਰ ਦੀ ਫੈਮਿਲੀ ਦੇ ਮੈਂਬਰ ਨੇ ਉਹਦੇ ਮੁਤਾਬਕ ਤੁਸੀਂ ਪਾ ਸਕਦੇ ਹੋ ਬਾਸ ਦਾਲ ਨੂੰ ਜਿਹੜਾ ਨਾ ਮੈਰ ਕਰ ਸਕਦੇ ਹੋ ਅਸੀਂ ਦਾਲ ਨੂੰ ਤੋ ਕੇ ਪ੍ਰੈਸ਼ਰ ਕੁੱਕਰ ਦਵਾਵਾਂਗੇ ਪ੍ਰੈਸ਼ਰ ਕੁੱਕਰ ਵਿੱਚ ਅਸੀਂ ਪਾ ਦਿੱਤਾ ਤੁਸੀਂ ਇਸ ਚੀਜ਼ਾਂ ਨੋਟ ਕਰ ਲਿਆ ਕਿ ਕਿਹੜੀ ਅਸੀਂ ਪਾ ਰਹੇ ਹਾਂ ਸਿਰਫ ਦੋ ਚੀਜ਼ਾਂ ਨੇ ਜਿਹੜੀਆਂ ਅਸੀਂ ਟੋਟਲ ਪਾਵਾਂਗੇ ਹਲਦੀ ਪਾਵਾਂਗੇ ਤੇ ਮਰਚਾ ਪਾਵਾਂਗੇ ਜਿਹੜਾ ਨਮਕ ਹੈ ਉਹ ਤੁਸੀਂ ਆਪਣੇ ਟੇਸਟ ਦੇ ਮੁਤਾਬਿਕ ਪਾਨਾ ਬਸ ਇਹਨਾਂ ਤਿੰਨ ਤਿੰਨ ਚੀਜ਼ਾਂ ਨੂੰ ਤੇ ਅਸੀਂ ਹੁਣ ਜਿਹੜੀ ਦੀ ਮੈਜ਼ਰਮੈਂਟ ਪਾਣੀ ਦੀ ਕਰਨੀ ਆ ਉਹ ਵੀ ਤੁਸੀਂ ਕੋਰ ਨਾਲ ਦੇਖਣਾ ਹੈ ਕਿ ਜਿੰਨੀ ਸਾਡੀ ਦਾਲ ਹੈ ਉਹਦੇ ਤੋਂ ਅਸੀਂ ਤਿੰਨ ਹਿੱਸੇ ਡਬਲ ਜਿਹੜਾ ਪਾਣੀ ਪਾਣਾ ਤਾਂ ਕਿ ਸਾਡੀ ਦਾਲ ਜਿਹੜੀ ਹੈ ਉਹ ਅੱਛੀ ਤਰ੍ਹਾਂ ਗਲ ਵੀ ਜਾਏ ਤੇ ਜਿਹੜਾ ਥੋੜੀ ਪਤਲੀ ਵੀ ਰਵੇ ਕਿਉਂਕਿ ਸਾਨੂੰ ਇੰਨੀ ਥਿੱਕ ਦਾਲ ਜਿਹੜੀ ਹੈ ਉਹ ਨਹੀਂ ਚਾਹੀਦੀ ਸਾਨੂੰ ਥੋੜਾ ਪਤਲੀ ਜੀ ਦਾਲ ਚਾਹੀਦੀ ਕਿ ਕੁੱਕਰ ਨੂੰ ਅਸੀਂ ਰੱਖ ਦਿੱਤਾ ਹੈ ਜਦੋਂ ਤੱਕ ਸਾਡੀ ਦਾਲ ਉਬਲਦੀ ਹੈ ਨਾਲ ਅਸੀਂ ਚਿਕਨ ਨੂੰ ਤਿਆਰ ਕਰ ਲੈਨੇ ਆਂ ਚਿਕਨ ਅਸੀਂ ਥੋੜੀ ਸਾਰੀ ਬੋਨਲੈਸ ਲੈ ਲਈ ਹੈ ਉਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਹੱਡੀ ਵਾਲੀ ਲਵੋ ਜਾਂ ਦੂਸਰੀ ਲਵੋ ਲੇਕਿਨ ਮੈਂ ਇਸ ਵਾਸਤੇ ਪਾਣੀ ਕਿ ਜਦੋਂ ਇਹਨੂੰ ਕੋਟਾ ਲਗਾਉਣਾ ਹੁੰਦਾ ਦਾਲ ਨੂੰ ਤੇ ਉਹਦੇ ਵਾਸਤੇ ਜਿਹੜੀ ਹੱਡੀ ਤੋਂ ਬਗੈਰ ਚਿਕਨ ਆ ਉਹੀ ਸਹੀ ਲੱਗੇਗੀ ਅਦਰਕ ਜਿਹੜੀ ਹੈ ਹਈ ਮੈਂ ਲਸਣ ਨਹੀਂ ਪਾਇਆ ਮੈਂ ਅਦਰਕ ਨੂੰ ਕਦੂਕਸ਼ ਕਰਕੇ ਕਿ ਉਹ ਦੇ ਵਿੱਚ ਜਿਹੜਾ ਫਰਾਈ ਕਰਨੀ ਆ ਹਲਕੀ ਜਿਹੀ ਫਰਾਈ ਹੋਈਏਗੀ ਤੇ ਬਾਅਦ ਵਿੱਚ ਮੈਂ ਆਪਣੀ ਚਿਕਨ ਨੂੰ ਇਹਦੇ ਵਿੱਚ ਪਾਉਣ ਲਵਾਂਗੀ ਚਿਕਨ ਮੈਂ ਪਾ ਦਿੱਤੀ ਹੈ ਚਿਕਨ ਨੂੰ ਦੇਖ ਲਓ ਕਿ ਮੈਂ ਇਹਨੂੰ ਕੋਈ ਹੈ ਇਹ ਰੇਸ਼ੇ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਡਾਇਰੈਕਟ ਚਿਕਨ ਨੂੰ ਅਦਰਕ ਦੇ ਵਿੱਚ ਫਰਾਈ ਕਰਾਂਗੀ ਥੋੜੀ ਸਾਰੀ ਸਾਡੀ ਅਦਰਕ ਜਿਹੜੀ ਚਿਕਨ ਆ ਸੌਤੇ ਹੋ ਜਾਏਗੀ ਤੇ ਨਾਲ ਹੀ ਅਸੀਂ ਲਸਣ ਨੂੰ ਜਿਹੜਾ ਬਾਅਦ ਵਿੱਚ ਗ੍ਰੇਟ ਕਰਕੇ ਪਾ ਦਵਾਂਗੇ ਗੁਜਾ ਵਾਲੇ ਦੀ ਹੈ ਖਸiyet ਹੈ ਕਿ ਗੁਜਰਾਵਲੇ ਦੇ ਸ਼ਹਿਰ ਨੂੰ ਪਲਵਾਨਾਂ ਦਾ ਸ਼ਹਿਰ ਕਿਹਾ ਜਾਂਦਾ ਹੈ ਤੇ ਉੱਥੇ ਤੁਸੀਂ ਜਾਓ ਤਾਂ ਗੁਜਰਾਵਲੇ ਦੀ ਜਿਹੜੀ ਮਸ਼ਹੂਰ ਡਿਸ਼ ਹੈ ਉਹ ਤੁਹਾਨੂੰ ਚਿੜੇ ਮਿਲਣਗੇ ਜਿਹੜੇ ਚਿੜਿਆਂ ਦਾ 바ਰਬੀਕਿਊ ਤੇ ਬਟੇਰਿਆਂ ਦਾ 바ਰਬੀਕਿਊ ਤੁਹਾਨੂੰ ਬਹੁਤ ਹੀ ਉੱਥੇ ਮਿਲੇਗਾ ਉਹਦਾ ਇੱਕ ਅਜੀਬ ਤੇ ਇੱਕ ਬਹੁਤ ਹੀ ਜ਼ਬਰਦਸਤ ਟੇਸਟ ਹੈ ਜਿਹੜਾ ਤੁਸੀਂ ਫਾਵੇਂ ਪਿੰਡੀ ਜਿੱਥੇ ਮਰਜ਼ੀ ਤੁਸੀਂ ਬਟੇਰੇ ਤੇ ਚਿੜੇ ਖਾ ਤੁਹਾਨੂੰ ਉਹ ਟੇਸਟ ਨਹੀਂ ਮਿਲੇਗਾ ਫਾਰਮ ਹਾਊਸ ਵਰ ਡੇਵਡ ਨੇ ਜਿੱਥੇ ਚਿੜਿਆਂ ਨੂੰ ਪਾਲਿਆ ਜਾਂਦਾ ਹੈ ਫਿਰ ਉਹ ਚਿੜਿਆਂ ਨੂੰ ਰੱਖਿਆ ਜਾਂਦਾ ਤੇ ਉਹਨਾਂ ਦੇ ਜਿਹੜੇ ਨੇ ਉਹਨਾਂ ਦੇ 바ਰਬੀਕਿਊ ਵੀ ਫਿਰ ਉਹਦਾ ਸਾਲਨ ਵੀ ਉਹਦੀ ਕੜਾਈ ਵੀ ਉਹਨੂੰ ਮੈਂ ਗ੍ਰੇਟ ਕਰਕੇ ਪਾ ਦਿੱਤਾ ਹੈ। ਯੁਹੀ ਸਾਡੇ ਚਿਕਨ ਫਰਾਈ ਹੋ ਜਾਏਗੀ। ਤੇ ਨਾਲ ਅਸੀਂ ਬਾਕੀ ਸਪਾਈਸਿਸ ਵੀ ਪਾ ਦਵਾਂਗੇ। ਐਚ ਟਮਾਟੋ ਛਮਾਟਰ ਕੁਛ ਨਹੀਂ ਪੈ ਰਿਹਾ। ਸਿਰਫ ਸਿੰਪਲ ਜੀ ਰੈਸিপি ਹੈ। ਉਹਨੂੰ ਤੁਸੀਂ ਦੇਖੋਗੇ। ਜਿਨੀ ਦੇ ਨੂੰ ਸਾਡੀ ਦਾਲ ਉਬਲਦੀ ਹੈ, ਇਹ ਦਾਲ ਗਲਦੀ ਹੈ, ਉਨੀ ਦੇ ਨੂੰ ਸਾਡੀ ਚਿਕਨ ਰੈਡੀ ਹੋ ਜਾਏਗੀ। ਤਕਰੀਬਨ ਅਸੀਂ ਬੜਾ ਵੀ ਅਦਾ ਐਸਟੀਮੇਟ ਹਾਂ ਹਾਂ ਜ਼ਿਆਦਾ ਤੋਂ ਜ਼ਿਆਦਾ ਵੀ ਐਸ ਦਾਲ ਦੇ ਪੱਕਣ ਦਾ ਐਸਟੀਮੇਟ ਲਾਈ ਹੈ। ਤੇ ਤਕਰੀਬਨ ਹੈ ਦਾਲ ਚਾਵਲ ਜਿਹੜੇ ਨੇ ਦੋ ਸਾਡੇ ਕੋਲ ਚੁੱਲੇ ਹੁਣ ਤੇ ਐ ਅੱਧੇ ਘੰਟੇ ਤੋਂ 35 ਮਿੰਟ ਚ ਇਹ ਤਿਆਰ ਹੋ ਜਾਂਦੀ ਹੈ ਮੈਂ ਜਿਹੜੀ ਆ ਉਹ ਕੁੱਪ ਕਰ ਦਿੱਤੇ ਹੁਣ ਸਪਾਈਸਿਸ ਪਾਉਣ ਲੱਗੀ ਆ ਇਹਦੇ ਵਿੱਚ ਅ ਸੁੱਕਾ ਦਨੀਆ ਪਾਇਆ ਥੋੜਾ ਸਾਰਾ ਜ਼ੀਰਾ ਪਾਇਆ ਹੈ ਤੁਸੀਂ ਮਸਾਲੇ ਦੇਖਨੇ ਨੇ ਕਿ ਗੋਰ ਨਾਲ ਤਾਜ਼ਾ ਮਸਾਲੇ ਪੀਸ ਦੇ ਦੇਣੇ ਥੋੜੀ ਸਾਰੀ ਮੈਂ ਕਾਲੀ ਮਿਰਚ ਪਾ ਦਿੰਦੀ ਆ ਤੇ ਐਸੀ ਤਰ੍ਹਾਂ ਗਰਮ ਮਸਾਲੇ ਦਾ ਪਾਊਡਰ ਜਿਹੜਾ ਉਹ ਪਾ ਦਵਾਂਗੇ ਨਮਕ ਥੋੜਾ ਨਮਕ ਅਸੀਂ ਦਾਲ ਚ ਵੀ ਪਾਏ ਦਾ ਤੇ ਚਿਕਨ ਵਿੱਚ ਅਸੀਂ ਨਮਕ ਥੋੜਾ ਘੱਟ ਰੱਖਾਂਗੇ ਤਾਂ ਕਿ ਸਾਡਾ ਨਮਕ ਜਿਹੜਾ ਦਾਲ ਦੇ ਵਿੱਚ ਤੇਜ਼ ਨਾ ਹੋਏ ਕਿਉਂਕਿ ਜਿਹੜੇ ਅਸੀਂ ਚਾਵਲ ਪਕਾਵਾਂਗੇ ਉਹਦੇ ਵਿੱਚ ਵੀ ਨਮਕ ਜਾਏਗਾ ਤੇ ਫਿਰ ਇਸ ਲਈ ਅਸੀਂ ਜਿਹੜਾ ਉਸ ਚੀਜ਼ ਨੂੰ ਦੇਖਣਾ ਹੈ ਕਿ ਸਾਰੀ ਕਿਸੇ ਵੀ ਚੀਜ਼ ਚ ਨਮਕ ਜਿਹੜਾ ਉਹ ਤੇਜ਼ ਨਾ ਹੋਏ ਮੈਂ ਥੋੜਾ ਸਾਰਾ ਗਰਮ ਮਸਾਲਾ ਪਾ ਦਿੱਤਾ ਚਿਕਨ ਨੂੰ ਅਸੀਂ ਚੰਗੀ ਤਰ੍ਹਾਂ ਪੁੰਨਾਂਗੇ ਜਦੋਂ ਸਾਡੀ ਚਿਕਨ ਪੋਂ ਜਾਏਗੀ ਤੇ ਇਹਦੇ ਵਿੱਚ ਅਸੀਂ ਦਾਲ ਜਿਹੜੀ ਉਬਲੀ ਦੀ ਉਹ ਪਾ ਦਾਂਗੇ ਥੋੜਾ ਸਾਰਾ ਮੈਂ ਪਾਣੀ ਪਾਇਆ ਤਾਂ ਕਿ ਚਿਕਨ ਸਾਡੀ ਜਿਹੜੀ ਚੰਗੀ ਤਰ੍ਹਾਂ ਗਲ ਜੇ ਤੇ ਜਦੋਂ ਅਸੀਂ ਕੋਟਾ ਲਗਾਈਏ ਇਹਨੂੰ ਕੋਟੀਏ ਚੰਗੀ ਤਰ੍ਹਾਂ ਤੇ ਸਾਡੀ ਚਿਕਨ ਦੇ ਰੇਸ਼ੇ ਜਿਹੜੇ ਨੇ ਉਹ ਚਿਕਨ ਦੇ ਰੇਸ਼ੇ ਜਿਹੜੇ ਨੇ ਉਹ ਸਾਡੇ ਬੰਜਰ ਨਾਲ ਨਾਲ ਤੁਹਾਨੂੰ ਹਲਕੀਆਂ ਭੁਲਕੀਆਂ ਆਵਾਜ਼ਾਂ ਆ ਰਹੀਆਂ ਹੋਣਗੀਆਂ ਕਿਉਂਕਿ ਵਾਇਸ ਓਵਰ ਕਰ ਦਿਆ ਹੋਇਆ ਬੱਚੇ ਜਿਹੜੇ ਨੇ ਮੇਰੇ ਕੋਲ ਟਿਊਸ਼ਨ ਪੜ੍ਹ ਰਹੇ ਨੇ ਸਟੇਸ਼ਨ ਮਤਲਬ ਐ ਨਹੀਂ ਇੱਕ ਕਾਰ ਦੇ ਬੱਚੇ ਨੇ ਉਹਨਾਂ ਦੇ ਪੇਪਰ ਚੱਲ ਰਹੇ ਨੇ ਨਾਲ ਦੇਖੋ ਤੁਸੀਂ ਦਾਲ ਜਿਹੜੀ ਹੈ ਉਹ ਵੀ ਸਾਡੀ ਗੱਲ ਗਈ ਹੈ ਤੇ ਉਹ ਵਿੱਚ ਕਹਿ ਰਹੇ ਨੇ ਅਮਾ ਸੁਣ ਲੈ ਸੁਣ ਲੈ ਤਾਂ ਮੈਂ ਉਹਨਾਂ ਸੇ ਕਹਿ ਰਹੀ ਹਾਂ ਕਿ 2 ਮਿੰਟ ਚੁੱਪ ਕਰ ਜੇ ਆਪ ਲੋਕੋ ਕਿਸੇ ਮੇਰੇ ਸਬਸਕ੍ਰਾਈਬਰ ਨੇ ਇਹ ਵੀ ਕਹਾਤਾ ਕਿ ਆਪ ਸਾਥ ਹੀ ਵਾਇਸਓਵਰ ਕਰ ਲਿਆ ਕਰੇ ਤਾਂ ਮੈਂ ਨੇ ਯਹੀ ਰੀਜ਼ਨ ਬਤਾਈ ਥੀ ਕਿ ਜਦ ਵੀ ਮੈਂ ਕੋਈ ਕੰਮ ਕਰ ਰਹੀ ਹੁੰਦੀ ਹਾਂ ਘਰ ਮੇਂ ਤਾਂ ਹਮਾਰੇ ਘਰ ਮੇਂ ਫੈਮਿਲੀ ਔਰ ਬੱਚੇ ਹੁੰਦੇ ਹਨ ਉਨਕੇ ਸਾਥ ਵਾਇਸਓਵਰ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ ਹੁਣ ਜਿਹੜੀ ਸਾਡੀ ਚਿਕਨ ਪੋਚ ਗਈ ਸੀ ਚੰਗੀ ਤਰ੍ਹਾਂ ਉਹਦੇ ਵਿੱਚ ਮੈਂ ਜਿਹੜੀ ਦਾਲ ਦੇਖੋ ਕਿੰਨੀ ਅੱਛਾ ਉਹਦੀ ਜਿਹੜੀ ਤੁਹਾਨੂੰ ਸ਼ਕਲ ਆ ਨਜ਼ਰ ਆ ਰਹੀ ਹੈ ਦਾਲ ਸਾਡੀ ਗਲ ਗਈ ਸੀ ਅਸੀਂ ਇਹਨੂੰ ਕੁਛ ਵੀ ਨਹੀਂ ਕੀਤਾ ਸਿਰਫ ਇਹਨਾਂ ਚੀਜ਼ਾਂ ਪਾ ਕੇ ਨਮਕ ਹਲਦੀ ਤੇ ਮਰਚਾ ਪਾ ਕੇ ਜਿਹੜਾ ਅਸੀਂ ਉਹਨੂੰ ਗਲਾਇਆ ਸੀ ਕੁੱਕਰ ਦੇ ਵਿੱਚ ਕੁਕਰ ਦਾ ਜਦੋਂ ਵੇਟ ਚਲਿਆ ਉਹਦੇ ਅਸੀਂ ਉਸ ਤੋਂ ਬਾਅਦ 10 ਮਿੰਟ ਟੋਟਲ ਰੱਖੀ ਸੀ 10 ਮਿੰਟ ਦੀ ਟਾਈਮਿੰਗ ਦੇ ਕੇ ਬਾਅਦ ਸਾਡੀ ਚਿਕਨ ਗਾਲੀ ਦਾਲ ਗਲ ਗਈ ਹੈ ਨਾਲ ਹੀ ਅਸੀਂ ਕੀ ਕੀਤਾ ਕਿ ਉਸ ਹੁਣ ਮੈਂ ਕੋਟ ਨਾ ਲੈ ਲਿਆ ਉਸ ਕੋਟ ਨੇ ਦੇ ਨਾਲ ਜਿਹੜੀ ਸਾਡੀ ਚਿਕਨ ਹੈ ਉਹਦੇ ਅਸੀਂ ਤੁਹਾਡੇ ਸਾਹਮਣੇ ਮੈਂ ਰੇਸ਼ੇ ਨਹੀਂ ਕੀਤੇ ਹੁਣ ਉਹ 에어 ਕੋਟ ਨੇ ਨਾਲ ਦਾਲ ਥੋੜੀ ਜਿਹੀ ਹਲਕੀ ਚ ਕੋਟ ਜਾਈਗੀ ਤਾਂ ਨਾਲ ਉਹ ਚਿਕਨ ਨੂੰ ਮੈਂ ਚੰਗੀ ਤਰ੍ਹਾਂ ਕੋਟ ਲਵਾਂਗੀ ਤੇ ਥੋੜੀ ਦੇਰ ਨੂੰ ਕੋਈ ਅੱਛਾ ਤੁਹਾਨੂੰ ਮੈਂ ਤੇਰੀ ਟਾਈਮਿੰਗ ਪੂਰੀ ਦੱਸਣੀ ਆ ਜਿੰਨੀ ਦੇਰ ਤੱਕ 10 ਮਿੰਟ ਸਾਡਾ 10 ਤੋਂ 15 ਮਿੰਟ ਸਾਡੀ ਦਾਲ ਗਲੀ ਤੇ 10 ਮਿੰਟ ਸਾਡੀ ਚਿਕਨ ਰੈਡੀ ਹੋ ਗਈ ਟੋਟਲ ਹੋ ਗਏ 20 ਮਿੰਟ 20 ਮਿੰਟ ਤੋਂ ਬਾਅਦ 5 ਮਿੰਟ ਅਸੀਂ ਇਹਨੂੰ ਇਹਦੇ ਉੱਤੇ ਪਕਾਵਾਂਗੇ ਤੇ 5 ਮਿੰਟ ਹੋ ਗਏ 5 ਦੇ ਨਾਲ ਹੀ ਅਸੀਂ ਦੂਸਰੇ ਚੁੱਲੇ ਤੇ ਚਾਵਲ ਰੱਖ ਲੈ ਸੀ ਮੈਂ ਤੁਹਾਨੂੰ ਕਿ ਦੱਸਿਆ ਨਾ ਕਿ ਅੱਧੇ ਘੰਟੇ ਤੋਂ 35 ਮਿੰਟ ਦੇ ਟੋਟਲ ਹੈ ਢੇਸ਼ ਦਾਲ ਚਾਵਲ ਹੈ ਤੇ ਜਿਹੜੀ ਲੇਕਿਨ ਮਜ਼ੇ ਚ ਲਾਜਵਾਬ ਕਿਸੇ ਵੀ ਹਮ ਬੜੇ ਟਾਈਮ ਜਿਹੜਾ ਟਾਈਮ ਟੇਕਿੰਗ ਰੈਸਿਪੀ ਹੈ ਨਾ ਉਹਦਾ ਇਹ ਮੁਕਾਬਲਾ ਕਰੇਗੀ ਤੇ दाल चावल ਦਾ ਤੇ ਤੁਹਾਨੂੰ ਪਤਾ ਕੋਈ ਜੋੜ ਹੀ ਨਹੀਂ ਐ ਜੀ ਸਾਡੀ दाल ਜਿਹੜੀ ਬਹੁਤ ਹੀ ਜ਼ਬਰਦਸਤ ਬਣ ਗਈ ਹੈ ਇਹਨੂੰ ਇੱਕ ਸੀ ਫਾਈਨਲ ਤੜਕਾ ਵੀ ਦਵਾਂਗੇ ਉਹ ਤੜਕਾ ਮਹਿਲਾਨੀਆਂ ਪਹਿਲੇ ਮੈਂ ਪਕਾ ਲੀਨੀਆਂ ਚਾਵਲ ਚਾਵਲਾ ਵਾਸਤੇ ਅਸੀਂ ਥੋੜਾ ਸਾਰਾ ਕਿਉ ਤੁਸੀਂ ਦੇਖਿਆ ਹੋਏਗਾ ਮੈਂ ਹਰ ਚੀਜ਼ ਅੰਦਾਜ਼ੇ ਨਾਲ ਪਾਣੀ ਹੈ ਕਿਉਂਕਿ ਜਿਹੜਾ ਕੌਸਵਾਈਸ ਜਿਹੜੇ ਕੁਕਿੰਗ ਕਰਦੀ ਲੈਡੀਜ਼ ਨੇ ਉਹਨਾਂ ਦੇ ਅੰਦਾਜ਼ੇ ਬੜੇ ਪੱਕੇ ਹੁੰਦੇ ਨੇ ਤੇ ਤਿੰਨ ਮਿਰਚਾਂ ਜਿਹੜੀਆਂ ਨੇ ਸਬਜ਼ ਹੋ ਮੈਂ ਕੜਕੜਾਵਾਂਗੀ ਕਿਉਂ ਉਹਦੇ ਵਿੱਚ ਨਾਲ ਮੈਂ ਪਾ ਦਵਾਂਗੀ ਥੋੜਾ ਸਾਰਾ ਜ਼ੀਰਾ ਅਸੀਂ ਚੰਗੇ ਤਰ੍ਹਾਂ ਐਸ ਇਹਨਾਂ ਮਿਰਚਾਂ ਦਾ ਰੰਗ ਜਿਹੜਾ ਉਹ ਚੇਂਜ ਕਰਨਾ ਹੈ ਨਾਲ ਅਸੀਂ ਜ਼ੀਰਾ ਪਾ ਦਵਾਂਗੇ ਜ਼ੀਰਾ ਦਾ ਵੀ ਹਲਕਾ ਜਿਹਾ ਕਲਰ ਚੇਂਜ ਹੋਏਗਾ ਤੇ ਅਸੀਂ ਫਿਰ ਪਾਣੀ ਪਾ ਦਾਂਗੇ ਨਾਲ ਥੋੜਾ ਸਾਰਾ ਨਮਕ ਪਾ ਦਵਾਂਗੇ ਪਾਣੀ ਸਾਡਾ ਉਬਲੇਗਾ ਤੇ ਅਸੀਂ ਪਾ ਦਵਾਂਗੇ ਕਿਉਂਕਿ ਕਹਿੰਦੇ ਨੇ ਇਹਦੇ ਵਿੱਚ ਚਾਵਲ ਕੋਸ਼ਿਸ਼ ਹੈ ਕਿ ਤੁਸੀਂ ਅਗਰ ਚਾਵਲ ਪਹਿਲੇ ਦਿੱਤੇ ਹੋਏ ਦਿਨੇ ਤਾਂ ਤੁਸੀਂ ਡਾਇਰੈਕਟ ਉਹਦੇ ਵਿੱਚ ਫਰਾਈ ਕਰ ਸਕਦੇ ਹੋ ਲੇਕਿਨ ਉਹ ਚਿਕਨ ਵਗੈਰਾ ਜਾਂ ਦੂਸਰੇ ਚਾਵਲ ਹਨ ਉਹਦੇ ਵਿੱਚ ਤੁਸੀਂ ਫਰਾਈ ਕਰ ਸਕਦੇ ਹੋ ਇਹ ਜਿਹੜੇ ਉਬਲੇ ਤੇ ਚਾਵਲ ਆ ਜੀਰੇ ਦੇ ਤੜਕੇ ਵਾਲੇ ਚਾਵਲ ਨੇ ਐਂਜੀ ਪਕਦੇ ਨੇ ਕਹਿਣੋ ਤੁਸੀਂ ਪਾਣੀ ਬਾਕੇ ਬਾਅਦ ਤੁਸੀਂ ਚਾਵਲ ਪਾਦੇ ਹੋ ਸਾਡਾ ਪਾਣੀ ਉਬਲ ਗਿਆ ਪਾਣੀ ਬੜੀ ਚੰਗੀ ਤਰ੍ਹਾਂ ਉਬਲਦਾ ਪਿਆ ਤੇ ਅਸੀਂ ਕੀ ਕੀਤਾ ਚਾਵਲ ਆਪਣੇ ਪਾ ਦਿੱਤੇ ਨੇ ਚਾਵਲ ਸਾਡੇ ਪੱਕ ਜਾਣਗੇ ਤੇ ਧਮ ਦਵਾਂਗੇ ਧਨੀਆ ਧਨੀਆ ਉੱਤੇ ਪਾ ਦਵਾਂਗੇ ਤੇ ਇਸ ਵਾਸਤੇ ਹੈ ਜਿੰਨੀ ਦੇ ਦੂੰ ਅਗਰ ਤੁਹਾਡੇ ਕੋਲ ਦੋ ਚੁੱਲੇ ਨੇ ਗੈਸ ਦੇ ਚੁੱਲੇ ਦੇ ਦੋਨੋਂ ਜਿਹੜੀ ਬਰਨਰ ਨੇ ਉਹਨਾਂ ਤੇ ਰੱਖੋ ਤੇ ਤੁਹਾਡੇ ਬਹੁਤ ਹੀ ਜਲਦੀ ਇਹ ਕੰਮ ਮੈਂਤੀ ਬਿੰਚ ਤੜੇ ਦੋ ਇੰਚ ਜਾਨ ਤਿਆਰ ਹੋ ਜਾਂਦੀਆਂ ਸਲਾਦ ਜਿਹੜੀ ਉਹਨੂੰ ਵੀ ਤੁਸੀਂ ਦੋ ਤੋਂ ਤਿੰਨ ਮਿੰਟ ਲਾ ਲਓ ਚਾਵਲ ਸਾਡੇ ਪੱਕ ਗਏ ਨੇ ਚੰਗੀ ਤਰ੍ਹਾਂ ਤੇ ਉਹਦੇ ਤੇ ਅਸੀਂ ਪਾ ਦਿੱਤਾ ਧਨੀਆ ਹੁਣ ਅਸੀਂ ਤੜਕਾ ਬਣਾ ਲਵਾਂਗੇ ਦਾਲ ਵਾਸਤੇ ਥੋੜਾ ਜਿਹਾ ਮੈਂ ਲਿਆ ਆ ਕਿਉਂ ਕੁਕਿੰਗ ਆਇਲ ਲਿਆ ਕਿ ਹੋ ਤੇ ਨਹੀਂ ਲਿਆ ਕੁਕਿੰਗ ਤੁਸੀਂ ਦੋਨੀਆਂ ਚੀਜ਼ਾਂ ਚ ਜਿਹੜੀ ਤੁਹਾਨੂੰ ਅੱਛੀ ਲੱਗੇ ਉਹ ਪਾ ਸਕਦੇ ਹੋ ਤੇ ਜਿਹੜੀ ਤੁਹਾਨੂੰ ਟੇਸ ਨੂੰ ਚੰਗੀ ਲੱਗਦੀ ਹੈ ਥੋੜਾ ਸਾਰਾ ਦੇਖਿਆ ਨਾ ਕਿਉਂ ਮੈਂ ਬਿਲਕੁਲ ਨਹੀਂ ਆਇਲ ਨਹੀਂ ਪਾਇਆ ਇੱਕ ਤੂੰ ਡੇਢ ਚਮਚ ਉਹਦੇ ਵਿੱਚ ਮੈਂ ਅੱਧਾ ਪਿਆਜ਼ ਲੈ ਕੇ ਹੁਣ ਉਹ ਜਿਹੜਾ ਛੱਲੇਦਾਰ ਜਿਹੜਾ ਨਾ ਉਹ ਕਟਿਆ ਉਹਨੂੰ ਪਾ ਦਿੱਤਾ ਹੈ ਉਹਦੇ ਵਿੱਚ ਇਹਨੂੰ ਡਾਰਕ ਬ੍ਰਾਊਨ ਚੰਗੀ ਤਰ੍ਹਾਂ ਕਰਾਂਗੇ ਇਸ ਪਿਆਜ਼ ਨੂੰ ਨਾਲ ਜਿਹੜੀਆਂ ਦੋ ਮਿਰਚਾਂ ਨੇ ਉਹਨਾਂ ਨੂੰ ਵੀ ਮੈਂ ਕੱਟ ਕੇ ਪਾ ਦਿੱਤਾ ਦੋ ਧਨੀਆ ਸੋਰੀ ਜਿਹੜੀ ਪਿਆਜ਼ ਤੇ ਮਿਰਚਾਂ ਨੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਬ੍ਰਾਊਨ ਕਰਾਂਗੇ ਕਿਉਂਕਿ ਐਸ ਬ੍ਰਾਊਨ ਹੋਣ ਦਾ ਜਿਹੜਾ ਜ਼ਾਇਕਾ ਉਹ ਇੱਕ ਅਜੀਬ ਜਿਹਾ ਜ਼ਾਇਕਾ ਆਏਗਾ ਐਜੇ ਸਾਡੀਆਂ ਦੋ ਇਹ ਚੀਜ਼ਾਂ ਹੋ ਗਈਆਂ ਨੇ ਤੀਸਰੀ ਕੋਈ ਚੀਜ਼ ਨਹੀਂ ਮੈਂ ਬਾਈ ਐਹੀ ਹੀ ਇਹਦਾ ਤੜਕਾ ਹੈ ਤੇ ਇਹ ਅਸੀਂ ਪਾ ਦਿੱਤਾ ਉਦੋਂ ਤੁਸੀਂ ਚਾਟ ਮਸਾਲਾ ਵੀ ਚਾਹੋ ਤਾਂ ਉਹ ਵੀ ਸੁੱਟ ਸਕਦੇ ਹੋਗਾ ਚਾਟ ਮਸਾਲਾ ਨਹੀਂ ਤੇ ਤੁਸੀਂ ਸਿਰਫ ਇਹਦੇ ਨਾਲ ਸੁੱਕਾ ਧਨੀਆ ਤੇ ਥੋੜੇ ਸਰ ਜ ਸਬਜ਼ ਧਨੀਆ ਪਾ ਕੇ ਵੀ ਇਹਨੂੰ ਤੁਸੀਂ ਗਾਰਨਿਸ਼ ਵੀ ਕਰ ਸਕਦੇ ਹੋ ਤੇ ਇਹਦੀ ਜਿਹੜਾ ਟੇਸਟ ਆ ਉਹ ਬੜਾ ਅਬ ਤੁਸੀਂ ਦੇਖੋ ਤੁਹਾਨੂੰ ਆ ਪਿਆਜ਼ ਕਿੰਨਾ ਕੋ ਖੂਬਸੂਰਤ ਲੱਗ ਰਿਹਾ ਹੈ ਥੋੜਾ ਸਰ ਮੈਂ ਸਬਜ਼ ਧਨੀਆ ਪਾ ਦਿੱਤਾ ਹੈ ਹੁਣ ਸਾਡੀ ਰੈਸিপি ਬਿਲਕੁਲ ਐਂਡ ਹੋ ਗਈ ਹੈ ਨਾਲ ਅਸੀਂ ਹੁਣ ਚਾਵਲ ਤੇ ਸਲਾਦ ਜਿਹੜੀ ਹੈ ਉਹਨੂੰ ਡਿਸ਼ ਆਊਟ ਕਰਾਂਗੇ ਤੇ ਤੁਹਾਡੇ ਵਾਸਤੇ ਮਜ਼ੇਦਾਰ ਜੀ ਡਿਸ਼ ਜਿਹੜੀ ਹੈ ਉਹ ਤਿਆਰ ਹੋ ਗਈ ਹੈ ਤੁਹਾਨੂੰ ਰੈਸিপি ਪਸੰਦ ਆਈ ਤੇ ਤੁਸੀਂ ਲਾਈਕ ਤੇ ਸ਼ੇਅਰ ਕਰਨਾ ਹੁਣ ਤੁਹਾਡੇ ਨਾਲ ਮਿਲਾਂਗੇ ਨੈਕਸਟ ਵੀਡੀਓ ਤੇ ਤਦ ਤੱਕ ਅੱਲਾਹ ਹਾਫਿਜ਼ ਫੀਮਾਨ